ਤੇ ਕੋੜਵੇਂ ਨੇ ਜਿਹੜੇ ਪੁੱਤ ਨੂੰ ਅਕਾਲੀ ਦਲ ਦੇ ਉਹਨਾਂ ਗੁੰਡਿਆਂ ਤੇ ਜਥੇਦਾਰਾਂ ਨੇ ਕੋਨੇ ਕੋਨੇ ਚ ਪੰਜਾਬ ਦੇ ਚ ਬੈਠਿਆਂ ਨੂੰ ਨਸ਼ੇ ਦਾ ਤੇ ਚਿੱਟੇ ਦਾ ਆਦੀ ਕਿਆ ਬਣਾਤਾ। ਉਹ ਆਦੀ ਇਸ ਕਰਕੇ ਬਣਾਇਆ, ਤਾੜੀ ਮਾਰਨ ਦੀ ਕੋਈ ਗੱਲ ਨਹੀਂ। ਮੈਂ ਮਾਂ ਦੀ ਕਥਾ ਸੁਣਾਉਣੀ ਚਾਹੁੰਦਾ, ਇਹ ਖੁਸ਼ੀ ਦੀ ਗੱਲ ਨਹੀਂ। ਨਸ਼ੇ ਦਾ ਆਦੀ ਇਸ ਕਰਕੇ ਬਣਾਇਆ ਕਿ ਪੰਜਾਬ ਚ ਸਾਡਾ ਰਾਜ ਹੈ, 10 ਸਾਲ ਰਾਜ ਹੋ ਗਿਆ ਤੇ ਧਨ ਦੌਲਤ ਪਦਾਰਥ ਅਸੀਂ ਬੜਾ ਇਕੱਠਾ ਕਰ ਲਿਆ, ਠੇਕਿਆਂ ਤੋਂ, ਰੇਤਿਆਂ ਤੋਂ, ਭੁੱਕੀ ਤੋਂ, ਚਿੱਟੇ ਤੋਂ, ਤੇ ਪੰਜਾਬ ਦੇ ਇੱਕ ਇੱਕ ਨੌਜਵਾਨ ਨੂੰ ਨਸ਼ੇ ਦਾ ਆਦੀ ਬਣਾ ਦਿਓ। ਜਦੋਂ ਪੰਜਾਬ ਦਾ ਨੌਜਵਾਨ ਸਿਰ ਚੁੱਕੇਗਾ ਤੇ ਪੰਜਾਬ ਪੁਲਿਸ ਦਾ ਵਰਦੀ ਧਾਰੀ ਆ ਕੇ ਉਹਦਾ ਗਲਾਵਾਂ ਫੜੇਗਾ ਤੇ ਫੇਰ ਉਹਨੂੰ ਪੁੱਛਾਂਗੇ ਕਿ ਵੋਟ ਕਿਹਨੂੰ ਪਾਉਣੀ ਹੈ, ਅਸ਼ਵਨੀ ਸੇਖੜੀ ਨੂੰ ਪਾਉਣੀ ਹੈ ਕਿ ਅਕਾਲੀ ਦਲ ਨੂੰ ਪਾਉਣੀ ਹੈ। ਤੇ ਪੁਲਿਸ ਤੋਂ ਡਰਦਾ ਲਚਾਰ ਉਹ ਨੌਜਵਾਨ ਜਿਹਨੇ ਰਗਾਂ ਦੇ ਵਿੱਚ ਟੀਕੇ ਭਰਤੇ, ਜਿਹਨੀਆਂ ਰਗਾਂ ਚ ਚਿੱਟਾ ਭਰਤਾ, ਜਿਹੜਾ ਚਿੱਟੇ ਤੋਂ ਬਿਨਾਂ ਮਰ ਰਿਹਾ, ਤੇ ਪੁਲਿਸ ਤੋਂ ਡਰਦਾ ਉਹ ਕਾਂਗਰਸੀ ਭਰਾ ਇਹ ਕਵੇਗਾ ਕਿ ਨਹੀਂ, ਅਸੀਂ ਆਪਦੀ ਪਾਰਟੀ ਬਦਲਦੇ ਹਾਂ ਤੇ ਸਰੋਪੇ ਪਾਉਣੇ ਹੈ ਤੇ ਅਕਾਲੀ ਦਲ ਨੂੰ ਦੁਬਾਰੇ ਜਿਤਾਵਾਂਗੇ। ਤੇ ਮਾਂ ਵੀ ਕਹੂਗੀ, ਮੇਰੇ ਪੁੱਤ ਨੂੰ ਜੇਲ੍ਹ ਨਾ ਭੇਜੋ, ਜੇ ਸਾਡਾ ਧਰਮ ਵੀ ਬਦਲਾਉਣਾ ਚਾਹੁੰਦੇ ਹੋ ਤਾਂ ਅਸੀਂ ਬਦਲ ਦਿੰਦੇ ਹਾਂ, ਕਿਉਂਕਿ ਮਾਂ ਦੇ ਪੁੱਤ ਨੂੰ ਬੜੀ ਔਖੀ ਹੋ ਕੇ ਜਨਮ ਦਿੰਦੀ ਹੈ।